4 ਸਤੰਬਰ ਨੂੰ ਬਟਾਲਾ ਦੇ ਵਿੱਚ ਪਟਾਕਾ ਫੈਕਟਰੀ ਦਾ ਹਾਦਸਾ ਹੋਇਆ ਸੀ, ਜਿਸ ਦੇ ਵਿੱਚ 24 ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇੱਕ ਮੈਜਿਸਟੇਰੀਅਲ ਜਾਂਚ ਦੀ ਆਦੇਸ਼ ਦਿੱਤੇ ਗਏ ਸੀ। ਜਾਂਚ ਦੇ ਵਿੱਚ 3 ਲੋਕਾਂ ਨੂੰ ਦੋਸ਼ੀ ਪਾਇਆ ਗਿਆ ਹੈ। ਪਹਿਲੇ ਦੋਸ਼ੀ ਜੋ ਨੇ ਡੀਸੀ ਦਫ਼ਤਰ ਦੇ ਸੁਪਰੀਡੈਂਟ ਅਨਿਲ ਕੁਮਾਰ ਨੇ ਔਰ ਉਹਨਾਂ ਦੇ ਨਾਲ ਮੁਲਖਰਾਜ ਔਰ ਗੁਰਿੰਦਰ ਸਿੰਘ ਨੂੰ ਜੋ ਹੈ ਸਸਪੈਂਡ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਆਦੇਸ਼ ਦਿੱਤੇ ਨੇ ਕਿ ਇਹ ਬੰਦੇ ਜਿਹੜੇ ਨੇ ਆਪੋ ਆਪਣੇ ਹੈੱਡਕੁਆਰਟਰ 'ਤੇ ਰਿਪੋਰਟ ਕਰਨਗੇ ਔਰ ਬਿਨਾਂ ਦੱਸੇ ਕਿਤੇ ਵੀ ਦੂਸਰੀ ਜਗ੍ਹਾ 'ਤੇ ਨਹੀਂ ਜਾਣਗੇ। ਇਸ ਜਾਂਚ ਦੇ ਵਿੱਚ ਅਜੇ 3 ਲੋਕ ਹੀ ਜਿਹੜੇ ਨੇ ਮੁਅੱਤਲ ਹੋਏ ਨੇ, ਲੇਕਿਨ ਇਸ ਦੇ ਵਿੱਚ ਗੱਲ ਕੀਤੀ ਜਾਵੇ ਜਾਂਚ ਦੀ ਤਾਂ ਜਾਂਚ ਅਜੇ ਲਗਭਗ ਜੇ ਲੋਕਾਂ ਦੀ ਮੰਨੀਏ ਤਾਂ ਅਧੂਰੀ ਹੈ। ਉਸ ਦਾ ਕਾਰਨ ਹੈ ਕਿ ਇਸ ਦੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਦੀ ਜਿਹੜੀ ਆ ਜਾਂਚ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਪੁਲਿਸ ਅਧਿਕਾਰੀ ਦੀ ਜਾਂਚ ਅਜੇ ਸਾਹਮਣੇ ਆਈ ਹੈ, ਕਿਉਂਕਿ ਇਹ ਜੋ ਹਾਦਸਾ ਹੋਇਆ ਸੀ ਸ਼ਹਿਰ ਦੇ ਵਿੱਚੋਂ ਵਿੱਚ ਫੈਕਟਰੀ ਚੱਲਦੀ ਸੀ ਔਰ ਲਗਭਗ 30 ਸਾਲ ਪੁਰਾਣੀ ਇਹ ਫੈਕਟਰੀ ਜੋ ਹੈ ਬਟਾਲਾ ਦੇ ਸ਼ਹਿਰੀ ਇਲਾਕੇ ਦੇ ਵਿੱਚ ਚੱਲਦੀ ਸੀ। ਕਈ ਵਾਰ ਪਹਿਲਾਂ ਸਮਝੌਤੇ ਹੋ ਚੁੱਕੇ ਸਨ ਪਰ ਇਹਨਾਂ ਸਮਝੌਤਿਆਂ 'ਤੇ ਕੋਈ ਅਸਰ ਨਹੀਂ ਸੀ ਹੋਇਆ। ਕਲੋਨੀ ਵਾਲਿਆਂ ਨੇ ਵੀ ਲਿਖ ਕੇ ਦਿੱਤਾ ਸੀ ਕਿ ਇਹ ਫੈਕਟਰੀ ਜੋ ਹੈ ਬਾਹਰ ਕੱਢੀ ਜਾਵੇ, ਲੇਕਿਨ ਇਹ ਫੈਕਟਰੀ ਬਾਹਰ ਨਹੀਂ ਕੱਢੀ ਗਈ, ਜਿਸ ਦਾ ਨਤੀਜਾ ਸੀ ਕਿ 4 ਸਤੰਬਰ ਨੂੰ ਬਟਾਲਾ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਔਰ 24 ਲੋਕਾਂ ਦੀ ਜਾਨ ਚਲੀ ਗਈ। ਫਿਲਹਾਲ ਅਜੇ 3 ਲੋਕਾਂ ਨੂੰ ਸਸਪੈਂਡ ਕੀਤਾ ਗਿਆ ਹੈ, ਅਜੇ ਬਾਕੀ ਜਾਂਚ ਦੇ ਵਿੱਚ ਕੀ ਨਿਕਲ ਕੇ ਆਉਂਦਾ ਇਹ ਦੇਖਣ ਵਾਲੀ ਗੱਲ ਹੋਏਗੀ। ਕੈਮਰਾਮੈਨ ਵਿੱਕੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ ਨਿਤਿਨ ਲੂਥਰਾ ਗੁਰਦਾਸਪੁਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।